ਗੱਲ ਜੇਕਰ ਤੁਹਾਨੂੰ ਖੇਡਾਂ ਦੀ ਦੁਨੀਆ ਦੀ ਦਸੀਏ ਕ੍ਰਿਕਟ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਹੋਈ ਸੀ ਟੈਸਟ ਕ੍ਰਿਕਟ ਉਸ ਤੋਂ ਬਾਅਦ ਆਈ ਇੱਕ ਰੋਜ਼ਾ ਕ੍ਰਿਕਟ ਫਿਰ T20 T10 ਹੋਰ ਵੀ ਤਨਾ ਤਰ੍ਹਾਂ ਦੇ ਸਰੂਪ ਆ ਗਏ ਪਰ ਟੈਸਟ ਕ੍ਰਿਕਟ ਜਿਹੜੀ ਹੈ ਸਭ ਤੋਂ ਪੁਰਾਣਾ ਸਰੂਪ ਹੈ ਕ੍ਰਿਕਟ ਦੀ ਖੇਡ ਦਾ ਹੁਣ ਟੈਸਟ ਕ੍ਰਿਕਟਰ ਨੂੰ ਲੈ ਕੇ ਅੱਜ ਵੀ ਬੜੇ ਖਦਸ਼ੇ ਪ੍ਰਗਟਾਏ ਜਾਂਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਟੈਸਟ ਮੈਚਾਂ ਦਾ ਭਵਿੱਖ ਕੀ ਹੋਊਗਾ ਇਹਨੂੰ ਲੋਕ ਵੇਖਣਗੇ ਵੀ ਕਿ ਨਹੀਂ ਕੀ ਟੈਸਟ ਮੈਚ ਬਹੁਤ ਜ਼ਿਆਦਾ ਕਿਉਂਕਿ ਲੰਮਾ ਹੁੰਦਾ ਪੰਜ ਦਿਨ ਤੱਕ ਚੱਲਦਾ ਹੈ ਹੌਲੀ ਹੌਲੀ ਰਫ਼ਤਾਰ ਨਾਲ ਚੱਲਦਾ ਹੈ ਸੋ ਇਹਦੇ ਪ੍ਰਤੀ ਲੋਕਾਂ ਵਿੱਚ ਕੋਈ ਦਿਲਚਸਪੀ ਰਹੂਗੀ ਆਉਣ ਵਾਲੇ ਸਮੇਂ 'ਚ ਕਿ ਨਹੀਂ ਇਸ ਚੀਜ਼ ਤੇ ਕਾਫੀ ਖਦਸ਼ੇ ਪ੍ਰਗਟਾਏ ਜਾਂਦੇ ਰਹੇ ਨੇ ਅਤੇ ਹੁਣ ਜੋ ਤਾਜ਼ਾ ਚੀਜ਼ ਇਹਦੇ ਵਿੱਚ ਹੋਈ ਹੈ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਭਾਰਤ ਦੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਦੇ ਦੌਰੇ ਤੇ ਗਈ ਸੀ ਉੱਥੇ ਪਹਿਲਾਂ T20 ਮੈਚ ਹੋਏ ਫਿਰ ਇੱਕ ਰੋਜ਼ਾ ਮੈਚ ਹੋਇਆ ਤੇ ਫਿਰ ਦੋ ਟੈਸਟ ਮੈਚ ਖਿਡੇ ਗਏ ਪਹਿਲਾ ਟੈਸਟ ਮੈਚ 5 ਦਿਨ ਦਾ ਟੈਸਟ ਮੈਚ ਤੀਜੇ ਦਿਨ ਖਤਮ ਹੋ ਗਿਆ ਦੱਖਣੀ ਅਫਰੀਕਾ ਨੇ ਮੈਚ ਜਿੱਤ ਲਿਆ ਦੂਜਾ ਟੈਸਟ ਮੈਚ ਜੋ ਕਿ ਕੇਪ ਟਾਊਨ ਵਿਖੇ ਖੇਡਿਆ ਗਿਆ ਉਹਦੇ ਵਿੱਚ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਮੈਚ ਸਵਾ ਦਿਨ ਵਿੱਚ ਹੀ ਖਤਮ ਹੋ ਗਿਆ 5 ਦਿਨ ਦਾ ਟੈਸਟ ਮੈਚ ਸਵਾ ਦਿਨ ਵਿੱਚ ਹੀ ਖਤਮ ਹੋ ਗਿਆ ਪੇਚੇਨੀ ਤੀਸ ਤਰਾਰ ਸੀ ਕਿ ਬੱਲੇਬਾਜ਼ਾਂ ਲਈ ਬੱਲੇਬਾਜ਼ੀ ਕਰਨਾ ਬੜਾ ਮੁਸ਼ਕਲ ਸੀ ਇੱਕੋ ਦਿਨ ਵਿੱਚ 23 ਵਿਕਟਾਂ ਡਿੱਗੀਆਂ ਇਸ ਟੈਸਟ ਮੈਚ ਦੇ ਪਹਿਲੇ ਦਿਨ ਤੇ ਆਪਣੇ ਆਪ ਵਿੱਚ ਇੱਕ ਨਵਾਂ ਰਿਕਾਰਡ ਬਣ ਗਿਆ। ਦੱਖਣੀ ਅਫਰੀਕਾ ਦੀ ਟੀਮ 55 ਦੌੜਾਂ ਤੇ ਆਊਟ ਹੋ ਗਈ। ਭਾਰਤ ਦੀ ਟੀਮ 153 ਦੌੜਾਂ ਤੇ ਆਊਟ ਹੋ ਗਈ ਤੇ ਪਹਿਲੇ ਦਿਨ ਦੱਖਣੀ ਅਫਰੀਕਾ ਦੀ ਦੂਜੀ ਪਾਰੀ ਵਿੱਚ ਵੀ ਤਿੰਨ ਵਿਕਟਾਂ ਡਿੱਗ ਚੁੱਕੀਆਂ ਸਨ ਤੇ ਅਗਰੇ ਦਿਨ ਲਾਂਚ ਤੋਂ ਬਾਅਦ ਮੈਚ ਖਤਮ ਹੋ ਗਿਆ। ਯਾਨੀ 5 ਦਿਨ ਦਾ ਟੈਸਟ ਮੈਚ ਸਿਰਫ ਸਵਾ ਦਿਨ ਵਿੱਚ ਹੀ ਨਿਬੜ ਗਿਆ। ਹੁਣ ਆਪਾਂ ਇਸ ਲਈ ਦੇਖ ਰਹੇ ਹਾਂ ਕਿ ਟੈਸਟ ਮੈਚਾਂ ਵਿੱਚ ਲੋਕਾਂ ਦੀ ਦੇਰ ਚੱਪੀ ਘਟੀ ਹੈ T20 ਕ੍ਰਿਕਟ ਦੇ ਆਉਣ ਤੋਂ ਬਾਅਦ ਤਾਂ ਲੋਕਾਂ ਨੂੰ ਇੱਕ ਰੋਜ਼ਾ ਮੈਚ ਪੰਜਾਬ ਵਰਗਾ ਦਾ ਮੈਚ ਵੀ ਬੜਾ ਲੰਮਾ ਲੱਗਣ ਲੱਗ ਪਿਆ ਸੋ ਟੈਸਟ ਮੈਚ ਜਿਹੜਾ ਕਿ ਹੁੰਦਾ ਹੀ ਪੰਜ ਪੰਜ ਦਿਨਾਂ ਦਾ ਆ ਉਹ ਤਾਂ ਲੋਕਾਂ ਨੂੰ ਸੁਭਾਵਿਕ ਤੌਰ ਤੇ ਕਾਫੀ ਵੱਡਾ ਤੇ ਲੰਮਾ ਲੱਗਣਾ ਹੀ ਸੀ ਪਰ ਟੈਸਟ ਮੈਚਾਂ ਵਿੱਚ ਵੀ ਹੁਣ ਨਤੀਜੇ ਜਿਹਾ ਜਿਹਾ ਆ ਰਹੇ ਨੇ ਟੈਸਟ ਮੈਚ ਇੱਕ ਇੱਕ ਦਿਨ ਚ ਡੇ ਡੇਢ ਦਿਨ ਚ ਖਤਮ ਹੋਣ ਲੱਗ ਪਏ ਨੇ ਇਸ ਨਾਲ ਇੱਕ ਵਾਰ ਫਿਰ ਟੈਸਟ ਮੈਚਾਂ ਦੀ ਸਥਿਤੀ ਨੂੰ ਲੈ ਕੇ ਚਰਚਾ ਚੱਲ ਪਈ ਹੈ ਕਿ ਟੈਸਟ ਮੈਚ ਲਈ ਪਿਚ ਤੇ ਮੈਦਾਨ ਦੇ ਹਾਲਾਤ ਕਿਹੋ ਜਿਹੇ ਹੋਣੇ ਚਾਹੀਦੇ ਨੇ ਕਿਉਂਕਿ ਅੱਜ ਕੱਲ ਬਹੁਤ ਘੱਟ ਇਹੋ ਜਿਹਾ ਵੇਖਿਆ ਜਾਂਦਾ ਕਿ ਟੈਸਟ ਮੈਚ 5 ਦਿਨ ਤੱਕ ਚੱਲਦਾ ਹੋਵੇ ਆਮ ਤੌਰ ਤੇ 3-4 ਦਿਨਾਂ 'ਚ ਟੈਸਟ ਮੈਚ ਨਿਬੜ ਜਾਂਦਾ ਹੈ ਟੈਸਟ ਮੈਚ ਹੋਣੇ ਵੀ ਬੜੇ ਘਟ ਗਏ ਨੇ ਸਾਲ 'ਚ ਮੁਸ਼ਕਲ ਨਾਲ 5 ਜਾਂ 10 ਟੈਸਟ ਮੈਚ ਹੁੰਦੇ ਨੇ ਇੱਕ ਟੀਮ ਜਿਹੜੀ ਆ ਅੰਤਰਰਾਸ਼ਟਰੀ ਮੌਸਮ ਤਿੰਨ ਤੋਂ ਪੰਜ ਮੈਚ ਹੀ ਸਾਰੇ ਸਾਲ ਚ ਖੇਡਦੀ ਏ ਟੈਸਟ ਮੈਚ ਦੀ ਜੇਕਰ ਗੱਲ ਹੋਵੇ ਇਹਦੇ ਚ ਕੋਈ ਸ਼ੱਕ ਨਹੀਂ ਕਿ T20 ਕ੍ਰਿਕਟ ਬੜਾ ਤੇਜ਼ੀ ਨਾਲ ਨਤੀਜੇ ਦਿੰਦੀ ਏ ਇੱਕ ਰੋਜ਼ਾ ਕ੍ਰਿਕਟ ਇੱਕ ਦਿਨ ਚ ਨਤੀਜਾ ਦਿੰਦੀ ਏ ਟੈਸਟ ਮੈਚ ਲਈ ਪੰਜ ਦਿਨ ਉਡੀਕਣਾ ਪੈਂਦਾ ਸੀ ਹੁਣ ਜਦ ਕਿ ਮੈਚ ਬੜੇ ਅਸਪਸ਼ਟ ਜਹ ਹੋ ਗਏ ਨੇ ਕੋਈ ਕਹਿ ਨਹੀਂ ਸਕਦਾ ਕਿ ਟੈਸਟ ਮੈਚ ਕਿੰਨੇ ਦਿਨ ਚੱਲੇਗਾ ਦੋ ਦਿਨ ਤਿੰਨ ਦਿਨ ਚਾਰ ਦਿਨ ਪੰਜਵੇਂ ਦਿਨ ਤੱਕ ਪਹੁੰਚੂਗਾ ਕਿ ਨਹੀਂ ਅਜਿਹੇ ਵਿੱਚ ਇੱਕ ਵਾਰ ਫੇਰ ਟੈਸਟ ਮੈਚਾਂ ਦੀ ਸਥਿਤੀ ਨੂੰ ਲੈ ਕੇ ਨਵੇਂ ਸਵਾਲ ਉੱਠਣ ਲੱਗੇ ਨੇ ਹੁਣ ਇਹ ਜੋ ਮੈਚ ਸਵਾ ਦਿਨਾਂ ਚ ਨਿਬੜ ਗਿਆ ਲੋਕਾਂ ਨੇ ਤਾਂ ਟਿਕਟਾਂ ਜਿਹਨਾਂ ਨੇ ਲਈਆਂ 5 ਦਿਨਾਂ ਦੀਆਂ ਲਈਆਂ ਹੋਣਗੀਆਂ ਜ਼ਿਆਦਾ ਸੋ ਦਰਸ਼ਕਾਂ ਲਈ ਇੱਕ ਵਾਰ ਫੇਰ ਸੋਚਣਾ ਪੈਂਦਾ ਉਹਨਾਂ ਨੂੰ ਕਿ ਟੈਸਟ ਮੈਚਾਂ ਵਿੱਚ ਕਿੰਨੀ ਹਾਜ਼ਰੀ ਰੱਖੀ ਜਾਵੇ ਤੇ ਟੈਸਟ ਮੈਚ ਵਧੀਆ ਕਿਹੜਾ ਕਿਹਾ ਜਾਊਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਵਿਕਟਾਂ ਡਿੱਗਦੀਆਂ ਨੇ ਜਾਂ ਬਹੁਤ ਸਾਰੀਆਂ ਦੌੜਾਂ ਬਣਦੀਆਂ ਨੇ ਟੈਸਟ ਮੈਚ ਨਤੀਜਾ ਦੇਣ ਵਾਲਾ ਜਾਂ 5 ਦਿਨ ਤੱਕ ਚੱਲਣ ਵਾਲਾ ਕਿਹੋ ਜਿਹਾ ਟੈਸਟ ਮੈਚ ਵਧੀਆ ਕਿਹਾ ਜਾ ਸਕਦਾ ਹੈ ਇਸ ਨੂੰ ਲੈ ਕੇ ਵੀ ਇੱਕ ਨਵੀਂ ਬਹਿਸ ਛਿੜ ਪਈ ਹੈ ਸੋ ক্রিকেট ਦੀ ਦੁਨੀਆ ਵਿੱਚ ਇੱਕ ਵਾਰ ਫਿਰ ਟੈਸਟ ਮੈਚ ਦੀ ਹੋਂਦ ਨੂੰ ਲੈ ਕੇ ਟੈਸਟ ਮੈਚ ਦੀ ਸਥਿਤੀ ਨੂੰ ਲੈ ਕੇ ਨਵੀਂ ਚਰਚਾ ਚੱਲ ਪਈ ਹੈ ਤੇ ਇਸ ਚਰਚਾ ਦਾ ਮੋੜ ਵੱਜਾ ਹੈ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਕੇਪਟਾਊਨ ਵਿਖੇ ਹੋਏ ਦੂਜੇ ਟੈਸਟ ਮੈਚ ਦੀ ਸਥਿਤੀ ਨੂੰ ਲੈ ਕੇ ਜਿਹਦੇ ਵਿੱਚ ਤੁਹਾਨੂੰ ਇਹ ਵੀ ਦੱਸਤੀ ਹੈ ਕਿ ਭਾਰਤੀ ਟੀਮ ਜਿੱਤਦਾ ਗਈ ਪਰ ਪਹਿਲੇ ਦਿਨ ਇੱਕ ਨਵਾਂ ਰਿਕਾਰਡ ਵੀ ਬਣਿਆ ਕਿ ਭਾਰਤੀ ਟੀਮ ਨੇ 4 ਵਿਕਟਾਂ ਦੇ ਨੁਕਸਾਨ ਉੱਤੇ 100 53 ਦੌੜਾਂ ਬਣਾਈਆਂ ਸੀ 4 ਵਿਕਟਾਂ ਦੇ ਨੁਕਸਾਨ ਅਤੇ 153 ਦੌੜਾਂ ਤੇ ਇਸ ਤੋਂ ਬਾਅਦ ਭਾਰਤ ਦੀ ਕ੍ਰਿਕਟ ਟੀਮ ਦੀਆਂ ਅਗਲੀਆਂ 6 ਵਿਕਟਾਂ ਜਿਹੜੀਆਂ ਬਾਕੀ ਰਹਿੰਦੀਆਂ 6 ਵਿਕਟਾਂ ਸੀ ਇਸੇ ਸਕੋਰ ਉੱਤੇ ਡਿਗੀਆਂ ਯਾਨੀ 153 ਉੱਤੇ 4 ਤੋਂ ਬਾਅਦ 153 ਉੱਤੇ ਹੀ ਆਲ ਆਊਟ ਮਤਲਬ ਆਖਰੀ 6 ਵਿਕਟਾਂ ਬਿਨਾਂ ਕਿਸੇ ਸਕੋਰ ਦੇ ਡਿੱਗੀਆਂ ਇਹੋ ਜਿਹੇ ਹਾਲਾਤ ਸਨ ਉਸ ਟੈਸਟ ਮੈਚ ਵਿੱਚ ਜਿਸ ਦੇ ਵਿੱਚ ਨਤੀਜਾ ਸਵਾ ਦਿਨ ਚ ਆ ਗਿਆ ਇਸ ਕਰਕੇ ਟੈਸਟ ਮੈਚ ਦੀ ਸਥਿਤੀ ਨੂੰ ਲੈ ਕੇ ਇੱਕ ਵਾਰ ਫੇਰ ਸਵਾਲ ਹੋਣ ਲੱਗੇ ਨੇ ਕ੍ਰਿਕਟ ਦੀ ਦੁਨੀਆ ਵਿੱਚ ਇੱਕ ਵਾਰ ਫੇਰ ਪਿਚ ਟੈਸਟ ਮੈਚ ਦੀ ਹਰਾਤ ਸਥਿਤੀ ਨੂੰ ਲੈ ਕੇ ਗੱਲ ਹੋਣ ਲੱਗੀ ਹੈ ਇਸ ਸਾਲ T20 ਦਾ ਕ੍ਰਿਕਟ ਵਿਸ਼ਵ ਕੱਪ ਵੀ ਹੋਣਾ ਸੋ ਬਹੁਤ ਸਾਰੇ ਦੇਸ਼ਾਂ ਦਾ ਧਿਆਨ ਹੋਣਾ T20 ਵੱਲ ਲੱਗ ਜਾਣਾ ਤੇ ਟੈਸਟ ਮੈਚਾਂ ਉਹਨਾਂ ਦੇ ਦਿਨਾਂ ਦੌਰਾਨ ਧਿਆਨ ਸਭ ਦਾ ਉੱਠ ਕੇ T20 ਵੱਲ ਆ ਜਾਣਾ ਪਰ ਟੈਸਟ ਮੈਚ ਦੀ ਹੋਂਦ ਨੂੰ ਲੈ ਕੇ ਗੱਲ ਫੇਰ ਉੱਠਦੀ ਤੁਹਾਨੂੰ ਸੁਣਾਈ ਦੇਵੇਗੀ